ਗੋਬਿੰਦ ਧਾਮ ਤੋਂ ਯਾਤਰਾ ਸ਼ੁਰੂ ਹੋ ਗਈ ਹੈ ਸ਼੍ਰੀ ਹੇਮਕੁੰਟ ਸਾਹਿਬ ਦੀ। ਬਹੁਤ ਸੋਹਣੀ ਲੋਕੇਸ਼ਨ ਹੈ ਬਾਈ, ਬਹੁਤ ਸੋਹਣੀ ਲੋਕੇਸ਼ਨ ਹੈ ਯਾਰੀ। ਇੱਧਰ ਵੱਡੀ ਚੀਜ਼ ਖਰਾਬ ਕਰਦੀ, ਉਹ ਆਇਆ ਪਾਣੀ ਹੈ। ਅੱਛਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ। ਬਿਲਕੁਲ ਜੀ ਬਿਲਕੁਲ, ਫੜ ਕੇ ਚਲਾ ਰਿਹਾ। ਥੋੜਾ ਪੈਰ ਜਮਾ ਕੇ, ਹੋਏ ਹੋ ਹੋ, ਆਰਾਮ ਨਾਲ ਆਰਾਮ ਨਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡੇ ਆਪਣੇ ਚੈਨਲ ਲਵਨੀਮਨ ਮਸਾਉਣ 'ਤੇ, ਜਸਪ੍ਰੀਤ ਸਰ ਦੇ ਨਾਲ। ਅੱਜ ਸਵੇਰ ਦੀ 15 June ਹੈ ਅਤੇ ਯਾਤਰਾ ਸ਼ੁਰੂ ਹੋ ਰਹੀ ਹੈ ਗੋਬਿੰਦ ਧਾਮ ਤੋਂ ਲੈ ਕੇ ਸ਼੍ਰੀ ਹੇਮਕੁੰਟ ਸਾਹਿਬ ਦੀ। ਬਸ ਹਜੇ ਹੁਣੀ ਹੁਣੀ ਤਿਆਰ ਹੋ ਕੇ ਨਿਕਲੇ ਹਾਂ, ਪਰਨੇ ਬੰਨ ਲਿਆ, ਨਾਲ ਕਲੀਗ ਨੇ ਆਪਣੇ ਭੁਪਿੰਦਰ ਸਿੰਘ ਜੀ, ਜਿਹੜੇ ਕਿ ਕਿੱਥੇ ਲੱਗੇ ਹੋਏ ਨੇ, ਮੈਂ ਭੁੱਲ ਗਿਆ, ਧਰਮਪੁਰਾ ਡਿਊਟੀ, ਧਰਮਪੁਰਾ ਤੋਂ ਨੇ ਇਹਨਾਂ ਦੀ ਡਿਊਟੀ। ਡਿਊਟੀ ਵੀ ਲੋਕਲ ਹੀ ਹੈ, ਡਿਊਟੀ ਵੀ ਸਰ ਇਕੱਠੀ ਨੇ, ਡਿਊਟੀ ਵੀ ਇਕੱਠੀ ਨੇ ਲੋਕਲ, ਆਪਣੇ ਮਾਸਟਰ ਜੀ ਦਾ ਲੋਕਲ ਹੀ ਨੇ ਅਤੇ ਇਹ ਕੁੱਲਰੀਆਂ ਤੋਂ ਨੇ ਬਾਈ ਜੀ। ਅਤੇ ਆਪਾਂ ਤੁਸੀਂ ਜਾਣਦੇ ਬਾਈ, ਯਾਤਰਾ ਸ਼ੁਰੂ ਹੋ ਰਹੀ ਹੈ। ਕੱਲ੍ਹ ਦਾ ਵਲੋਗ ਤੁਹਾਨੂੰ ਪਸੰਦ ਆਇਆ ਹੋਣਾ, ਵੈਸੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਨਾਲ ਦਿੰਦੇ ਰਹਾਂਗੇ ਕਿਵੇਂ ਜਾਣਾ ਕਿਵੇਂ ਕਰਨਾ। ਅਤੇ ਇਹ ਆਪਣੇ ਨਾਲ ਨੇ ਜੀ, ਇਹਨਾਂ ਦੀ ਡਿਊਟੀ ਹੈਗੀ ਹੈ ਬਠਿੰਡਾ ਪਸ਼ੂ ਪਾਲਣ ਵਿਭਾਗ ਦੇ ਵਿੱਚ, ਸਾਰੇ ਆਪਣੇ ਨਾਲ ਬੰਦੇ ਹੀ ਨੇ। ਅਤੇ ਤੁਹਾਨੂੰ ਮਿਲਦੇ ਹਾਂ, ਸਮਾਨ ਚੱਕ ਲਿਆ ਕੈਰੀ ਕਰਨ ਵਾਲਾ ਸਾਰਾ। ਬਸ ਐਵੇਂ ਠੰਡ ਹੋਈ ਬਈ ਆ, ਇਸ ਦੌਰਾਨ ਮੈਨੇ 3 ਸੂਟ ਹੋਏ ਨੇ, ਇਨਰ ਸੂਟ ਅਲੱਗ, ਮੋਟੀ ਹੁੱਡੀ ਵਾਲਾ ਅਲੱਗ, ਉੱਪਰ ਜੈਕਟ ਅਲੱਗ, ਕਿਉਂਕਿ ਠੰਡ ਹੋਈ ਪਈ ਆ ਬਹੁਤ। ਟੈਂਪਰੇਚਰ 1 ਹੋਇਆ ਪਿਆ ਸਿਰਫ, ਠੰਡ ਬਹੁਤ ਜ਼ਿਆਦਾ ਹੋਈ ਪਈ ਆ ਰਾਤ ਦੀ ਬਹੁਤ ਜ਼ਿਆਦਾ, ਮਤਲਬ ਇੰਨੀ ਜ਼ਿਆਦਾ ਠੰਡ ਲੱਗ ਰਹੀ ਹੈ ਕਿ। ਅਤੇ ਵਿਊ ਬਹੁਤ ਸੋਹਣਾ ਹੈ ਇੱਥੋਂ ਦਾ। ਮੈਂ ਹੋਟਲ 'ਚ ਰੁਕਿਆ ਹੋਇਆ, ਹੁਣ ਤਾਂ ਅਸੀਂ ਬਾਹਰ ਨਿਕਲਾਂਗੇ, ਹਜੇ ਜਸਟ ਬਾਹਰ ਨਿਕਲਣਾ 5 ਮਿੰਟ ਦੀ ਤਿਆਰੀ ਦੇ ਵਿੱਚ। ਬਸ ਰੈਡੀ ਮੈਂ ਸਾਰੇ ਕੋਲੋਂ ਮਿਲਾ ਕੇ। ਯੋ ਬ੍ਰੋ, ਚਲੀਏ ਜੀ, ਚਲੀਏ ਜੀ। ਹਾਂਜੀ ਸਰ, ਤਿਆਰ ਹੋ ਸਾਰੇ? ਚਲੋ ਆ ਜਾਓ ਜੀ, ਆ ਜਾਓ। ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਹੋਰ ਸੋ ਨਿਹਾਲ, ਸਤਿ ਸ੍ਰੀ ਅਕਾਲ। ਸਵੇਰੇ ਸਵੇਰੇ ਸਾਰੇ ਦੁਆ ਸੰਦੇ ਦਾਸ ਕਰਦੇ ਸਾਰੇ ਜਣੇ ਇੱਥੇ। ਗੋਬਿੰਦ ਧਾਮ ਤੋਂ ਯਾਤਰਾ ਸ਼ੁਰੂ ਹੋ ਗਈ ਹੈ ਸ਼੍ਰੀ ਹੇਮਕੁੰਟ ਸਾਹਿਬ ਦੀ। ਰਸਤੇ 'ਚ ਵਿਊ ਜੋ ਹੈਗਾ ਝਰਨਾ, ਬਹੁਤ ਸੋਹਣਾ ਵਿਊ ਬਈ ਰਸਤੇ ਦਾ। ਜੋ ਟਰੈਕਿੰਗ ਹੈ ਇੱਥੋਂ ਸ਼ੁਰੂ ਹੋ ਰਹੀ ਹੈ, ਆਹ ਰਸਤਾ ਹਜੇ ਮਤਲਬ 2 ਮਿੰਟ ਹੀ ਹੋਏ ਨੇ ਸਿਰਫ ਚੜ੍ਹਿਆ ਨੂੰ। ਅਤੇ ਬਾਈ ਸਭ ਤੋਂ ਵੱਡੀ ਗੱਲ ਆ, ਠੰਡ ਹੈਗੀ ਹੈ, ਐਵੇਂ ਕਹਿ ਦਿਉ, ਕੋਈ ਕਹਿੰਦਾ ਠੰਡ ਹੈ ਨਹੀਂ, ਕੱਪੜੇ ਜ਼ਰੂਰ ਚਾਹੀਦੇ, ਮੈਂਡੇਟਰੀ ਆ। 3 ਤੋਂ 4 ਕੱਪੜੇ ਦੀ ਜ਼ਰੂਰ ਤੁਹਾਨੂੰ ਲੋੜ ਪਊਗੀ, ਮੋਟੇ ਇਨਰ ਜ਼ਰੂਰ ਹੈ, ਨਹੀਂ ਨਹੀਂ ਚਾਹੀਦੇ ਅੰਦਰ ਇਨਰ, ਉੱਪਰ ਬਲੈਕ ਵੀ ਪਾਈਏ, ਉੱਪਰ ਕੋਟੀ ਪਾਈਏ, ਤਾਂ ਵੀ ਮੱਤੇ ਨੂੰ ਇੰਨੀ ਠੰਡੀ ਹਵਾ ਲੱਗ ਰਹੀ ਹੈ ਨਾ, ਔਰ ਕੁਛ ਨਹੀਂ ਲਾ ਦਿੰਦੀ। ਇਹ ਸਾਰਾ ਵਿਊ ਹੈ, ਰਸਤਾ ਬਹੁਤ ਸੋਹਣਾ ਬਾਈ, ਕਿਹੜਾ ਇੱਕ ਵਾਰ ਨਾ ਜ਼ਰੂਰ ਮਾਨਣਾ ਚਾਹੀਦਾ ਯਾਤਰਾ ਦਾ। ਬਹੁਤ ਸੋਹਣਾ ਨਾਰਾ ਹੈ ਬਾਈ, ਬਹੁਤ ਸੋਹਣਾ ਨਜ਼ਾਰਾ ਬਾਈ, ਆਨੰਦ ਮੰਗਲ ਹੈ ਪਹਾੜ ਬਾਈ, ਬਹੁਤ ਸੋਹਣੀ ਲੋਕੇਸ਼ਨ ਹੈ ਬਾਈ, ਬਹੁਤ ਸੋਹਣੀ ਲੋਕੇਸ਼ਨ ਹੈ ਯਾਰੀ। ਆਪਦੇ ਗੱਭਰੂ ਸਾਰੇ ਆਪਣੇ ਘੋੜਿਆਂ ਦੇ ਉੱਤੇ ਨੇ ਬਾਈ, ਸਿਹਤਾਂ ਫੁੱਲ ਜਾਂਦੀਆਂ, ਚਲੋ ਠੀਕ ਹੈ, ਆਪਾਂ ਨਹੀਂ ਕਹਿੰਦੇ ਮੇਰਾ ਕਢਾਉਣੇ ਆ, ਮੈਂ ਵੈਸੀ ਗੱਲ ਕਰਦੇ ਸੀਗੇ। ਅਤੇ ਕਈ ਵਾਰ ਐਂ ਹੁੰਦਾ ਵੀ ਬੰਦੇ ਨੂੰ ਪ੍ਰੋਬਲਮ ਹੋ ਜਾਂਦੀਆਂ ਨੇ, ਕਿਉਂਕਿ ਇਹ ਏਰੀਆ ਬਹੁਤ ਉੱਚਾ ਆ ਗਿਆ, ਅਤੇ ਬਹੁਤ ਹਾਈਟ 'ਤੇ ਹੈ ਕਾਫੀ, ਜੋ ਤੁਸੀਂ ਦੇਖ ਹੀ ਸਕਦੇ ਹੋ ਝਰਨਾ, ਉਹੀ ਜਿਹੜਾ ਮੈਂ ਤੁਹਾਨੂੰ ਨੀਚੇ ਹੁਣੀ ਦਿਖਾ ਕੇ ਆਇਆ ਜਸਟ। ਅਤੇ ਬੈਠੇ ਹਾਂ, ਆਰਾਮ ਕਰੀ ਜਾਂਦੇ 2-2 ਮਿੰਟ, ਕਿਉਂਕਿ ਹਾਰਟ ਬੀਟ ਬਹੁਤ ਤੇਜ਼ ਹੋ ਜਾਂਦੀ ਹੈ, ਚੜ੍ਹਾਈ ਇੱਕੋ ਦਮ ਦੀ ਸਟੇਟ ਹੈ ਬਿਲਕੁਲ, ਐਵੇਂ ਕਹਿ ਦਈਏ ਵੀ ਇੱਧਰ ਉੱਧਰ ਹੈ, ਪੌੜੀ ਸਟੇਅਰ ਵਿੱਚ ਹੀ ਹੈ, ਹੁਣ ਉਹ ਪਹਾੜ 'ਤੇ ਜਾਣਾ, ਇੱਧਰ ਇੱਕ ਆਹ ਪਹਾੜ ਹੈ ਕਿਹੜਾ, ਆਪਾਂ ਇਹ ਪਹਾੜ ਕ੍ਰੋਸ ਕਰਨਾ ਜੀ? ਨਹੀਂ ਇਹ ਵਾਲਾ, ਠੀਕ ਹੈ, ਇਸ ਪਹਾੜ ਦੇ ਆਪਾਂ ਬਿਲਕੁਲ ਬੈਕ ਸਾਈਡ ਜਾਣਾ। ਅਤੇ ਬੈਠੇ ਆਰਾਮ ਕਰੀ ਨਾ, ਪਾਣੀ ਦੀਆਂ ਬੋਤਲਾਂ, ਪਰ ਅਸੀਂ ਐਂ ਸਭ ਤੋਂ ਵੱਡੀ ਗੱਲ ਇਹੀ ਹੈ, ਅਸੀਂ ਬੋਲ ਬਹੁਤ ਸੁੱਕਦੇ ਹਾਂ, ਅਸੀਂ ਨੀਚੋ ਤੋਂ ਲੈ ਕੇ ਹੁਣ ਤੱਕ ਬਿਨਾਂ ਸੋਟੀ ਤੋਂ ਆਏ ਹਾਂ।
ਸਾਡਾ ਰਿਕਾਰਡ ਹੈ, ਸਾਡੇ ਕੋਲ ਕਿਹੜੀ ਹੈ ਪਾਣੀ ਦੀਆਂ ਬੋਤਲਾਂ ਨੇ, ਹੋਰ ਸਾਡੇ ਕੋਲ ਕੁਛ ਵੀ ਨਹੀਂ ਹੈਗਾ। ਅਤੇ ਬਾਕੀ ਅਸੀਂ ਆਪਦੇ ਕੱਪੜੇ ਪਾਏ ਹੋਏ ਨੇ, ਹੋਰ ਨਹੀਂ ਕੱਪੜੇ ਵੀ ਦੇਖੋ ਮੈਂ ਐਵੇਂ ਕਿਹਾ ਤੁਹਾਨੂੰ ਵੀ ਹੁਣ ਠੰਡ ਉੱਪਰ ਠੰਡ ਹੈਗੀ ਹੈ, ਅਤੇ ਵੱਧ ਤੋਂ ਵੱਧ ਇਨਰ ਸੂਟ ਅਤੇ ਘੱਟੋ ਘੱਟ ਜੈਕਟ ਅਤੇ ਕਾਪੀ ਤਾਂ ਲੈ ਕੇ ਚੱਲਿਓ, ਇਸ ਤੋਂ ਬਿਨਾਂ ਤੁਹਾਨੂੰ ਮੁਸ਼ਕਿਲ ਹੋਊਗੀ, ਹੋਰ ਕੁਛ ਨਹੀਂ। ਚਲਦੇ ਹੋਏ ਹੋਰ ਸਰੀਰ ਗਰਮ ਹੋ ਜਾਂਦਾ, ਕੈਰੀ ਕਰੋ। ਉੱਥੋਂ ਯਾਤਰਾ ਸ਼ੁਰੂ ਹੋਈ ਆਪਣੀ, ਅਤੇ ਉੱਥੇ ਆਪਾਂ ਜੋ ਆਪਣਾ ਕੁੰਡ ਹੈ ਮੇਨ, ਆਪਾਂ ਉੱਥੇ ਪਹੁੰਚਣਾ, ਅਤੇ ਘੁੰਮ ਘੁੰਮ ਕੇ ਜਾਊਗਾ ਪਹਾੜਾਂ ਦੇ ਵਿੱਚੋਂ। ਲੇਕਿਨ ਦ੍ਰਿਸ਼ ਬਹੁਤ ਸੋਹਣਾ, ਲੋਕੀ ਨਜ਼ਾਰਾ। ਰਸਤੇ 'ਚੋਂ ਸਭ ਤੋਂ ਵੱਡੀ ਚੀਜ਼ ਖਰਾਬ ਕਰਦੀ ਉਹ ਆਏ ਪਾਣੀ ਹੈ, ਜਿਹੜਾ ਤੁਹਾਨੂੰ ਇਹ ਖਰਾਬ ਕਰੂਗਾ, ਨੀਚੇ ਤੱਕ ਜਾਂਦਾ ਜਿਹੜਾ ਚੜ੍ਹਾਈ ਦੇ ਵਿੱਚ ਪਾਣੀ ਆ ਸਾਰਾ। ਪਾਣੀ ਬਹੁਤ ਸਾਫ਼ ਆ ਬਾਈ ਇੱਥੋਂ ਦਾ, ਵਾਈਟ ਪਾਣੀ ਹੈ ਬਿਲਕੁਲ। ਨੀਚੇ ਬਰਫ਼ ਪਈ, ਇਹ ਲੇਅਰ ਬਰਫ਼ ਦੀ ਪਈ ਹੈ ਝਰਨੇ ਦੇ ਕੋਲ, ਜਿਹੜਾ ਤੁਹਾਨੂੰ ਝਰਨੇ ਦੇ ਕੋਲ ਦਿਖਾਈ ਸੀ, ਇਹ ਲੇਅਰ ਜੰਮੀ ਹੋਈ ਹੈ, ਲੇਕਿਨ ਬਿਲਕੁਲ ਖਾਲੀ ਹੋਈ ਪਈ ਹੈ ਖੋਖਲੀ। 1 ਕਿਲੋਮੀਟਰ ਹੋ ਗਿਆ, ਆਧਾ ਕਿਲੋਮੀਟਰ ਹੋਇਆ ਸਿਰਫ, ਜਾਂ ਫਿਰ ਆਧਾ ਵੀ ਨਹੀਂ ਹੋਇਆ, ਆਧਾ ਵੀ ਨਹੀਂ ਹੋਇਆ। ਅੱਛਾ ਯਾਰ, ਹਾਂ ਹੌਸਲਾ ਨਾਲ ਚੱਲਣਾ ਪੈਂਦਾ, ਤਾਂ ਬਹੁਤ ਪੁੱਛ ਪੁੱਛ ਕੇ ਚੱਲੀ ਜਾਓ, ਕੋਈ ਗੱਲ ਨਹੀਂ, ਘੋੜਾ ਤਾਂ ਨਹੀਂ ਜਾਣਾ ਜੀ, ਰੈਸਟ ਕਰ ਕਰਕੇ ਜਾ ਰਹੇ ਹਾਂ। ਮੇਰੀ ਵੀਰ ਸਾਰੀ ਸੰਗਤ ਨੂੰ ਬੇਨਤੀ ਇੱਕ ਹੀ ਹੈ ਵੀ ਰੈਸਟ ਕਰ ਕਰਕੇ ਜਾਇਓ, ਕੋਈ ਵੀ ਵੱਡਾ ਸਟੈਪ ਲੈਣ ਦੀ ਲੋੜ ਨਹੀਂ, ਆਰਾਮ ਨਾਲ ਜਾਣਾ, ਕੋਈ ਦਿੱਕਤ ਨਾ ਆਵੇ ਜਿਸ 'ਚ ਆਪਾਂ ਨੂੰ, ਅਤੇ ਆਰਾਮ ਨਾਲ ਪਹੁੰਚਣਾ ਮੇਰੀ ਵੀਰ ਸਾਰਿਆਂ ਨੂੰ ਦ੍ਰਿਸ਼ ਦਾ ਨਜ਼ਾਰਾ ਲੈਂਦੇ ਹੋਏ ਅਤੇ ਖੜ ਖੜ ਕੇ। ਮੈਂ ਸਹੀ 5 ਮਿੰਟਾਂ ਬਾਅਦ ਸਟੋਪ ਲੈਣਾ ਅਤੇ ਖੜਦਾ ਅਤੇ ਸ਼ੂਟ ਕਰਦਾ, ਤੁਹਾਨੂੰ ਇਹੀ ਗੱਲ ਦੱਸਦਾ ਵੀ ਆਰਾਮ ਨਾਲ ਸ਼ੂਟ ਕਰਨਾ। ਅਤੇ ਦ੍ਰਿਸ਼ ਹੈ ਆਪਣਾ ਬਹੁਤ ਸੋਹਣਾ, ਮੈਨੂੰ ਬਹੁਤ ਸੋਹਣਾ। ਅੱਧੇ ਹੀ ਥੱਕ ਗਏ ਮਾਸਟਰ ਜੀ, ਨਹੀਂ ਨਹੀਂ ਥੱਕੇ ਕਿੱਥੇ, ਥੱਕੇ ਦਮ ਤਾਂ ਚੜ੍ਹਦਾ ਹੀ ਆ ਚੜ੍ਹਾਈ ਤੇ, ਬੁੱਲ ਬੁੱਲ ਸੁੱਕ ਗਏ, ਥੱਕਣਾ ਹੋਰ ਗੱਲ, ਬੁੱਲ ਸੁੱਕੇ ਪਏ ਸੁੱਕਦੇ ਆ, ਸਭ ਤੋਂ ਵੱਡੀ ਗੱਲ ਹੈ। ਰਸਤੇ 1.5 ਤੋਂ 1.75 ਕਿਲੋਮੀਟਰ ਆਏ ਹਾਂ, ਜ਼ਿਆਦਾ ਨਹੀਂ ਟਰੈਵਲ ਕੀਤਾ ਹੈਗਾ, ਐਵੇਂ ਕਹਿ ਦੀ 1.5-2 ਕਿਲੋਮੀਟਰ ਦੇ ਵਿੱਚ ਬਹੁਤ ਥਕਾਵਟ ਹੈ। ਚੜ੍ਹਾਈ ਸਿੱਧੀ ਸਟਾਰਟ ਹੋ ਗਈ ਹੈ ਬਿਲਕੁਲ ਪ੍ਰੋਪਰ, ਹਾਂ ਯਾਰ ਸਟੀਅਰ ਤਾਂ ਸਾਰੀਆਂ ਰਸਤੇ 'ਚ ਗਿੱਲੀ ਹੈ, ਸਭ ਤੋਂ ਵੱਡੀ ਗੱਲ ਹੈ ਗਿੱਲੀ ਹੈ, ਪਾਣੀ ਫਿਸਲਣ, ਪਾਣੀ ਆ ਰਿਹਾ ਬੈਕਗਰਾਊਂਡ 'ਤੇ, ਅੱਗੇ ਦਾ ਪਾਣੀ ਹੈ ਸਾਰਾ ਅਲਡਾ ਆ ਰਿਹਾ, ਇਹ ਸਾਰੀਆਂ ਚੀਜ਼ਾਂ ਖਰਾਬ ਕਰਦੀਆਂ ਵਿੱਚ ਵਿੱਚ, ਐਵੇਂ ਕਹਿ ਦਈਏ ਖੱਚਰ ਸਭ ਤੋਂ ਵੱਧ ਖਰਾਬ ਕਰਦੇ ਆ, ਗੋੜੇ ਗੋੜੇ ਸਭ ਤੋਂ ਵੱਡੀ ਗੱਲ ਹੈ, ਇਹ ਚੀਜ਼ਾਂ ਖਰਾਬ ਕਰਦੀਆਂ ਪਰ ਰਸਤੇ ਜਾਣ ਵਾਲੀ ਸਭ ਤੋਂ ਵੱਡੀ ਗੱਲ ਹੈ ਸਮੈਲ, ਇਹਨਾਂ ਨੇ ਜਿੱਥੇ ਖੜਨਾ ਉੱਥੇ ਹੀ ਯੂ ਨੋ, ਤਾਂ ਕਰਕੇ ਇਹ ਚੀਜ਼ਾਂ ਮੈਂ ਥੋੜ੍ਹੀਆਂ ਖਰਾਬ ਕਰਦੀਆਂ, ਬਾਕੀ ਤਾਂ ਯਾਤਰਾ ਬਿਲਕੁਲ ਸਹੀ ਚੱਲ ਰਹੀ ਹੈ, ਸੰਪੂਰਨ ਚੱਲ ਰਹੀ ਹੈ। ਲੈਣ ਵਾਰ ਹੋ ਗਿਆ ਬਾਈ, ਇਹ ਲੈਣ ਵਾਰ ਇੱਕ ਨਹੀਂ ਅੱਧਾ ਨਹੀਂ, ਲੈਣ ਵਾਰ ਹੈ ਸਾਰੀ ਪ੍ਰੋਪਰਟੀ, ਮਿਲਦੇ ਹਾਂ ਅੱਗੇ ਚੱਲ ਕੇ ਤੁਹਾਨੂੰ, ਆਇਓ ਪਹਾੜੀਆਂ ਉਹ ਸੀ ਅਜੇ ਬਾਕੀ ਨੇ, ਇਹ ਤਾਂ ਬਹੁਤ ਬਾਕੀ ਨੇ ਬਾਈ, ਤੂੰ ਦੇਖ ਲੈ ਤੂੰ ਸਾਡੇ ਤੋਂ ਇੰਨਾ ਟਰੈਕ ਉੱਚੀ ਆ ਵਾਲਾ ਸਾਈਡ ਸਾਰੀ ਹਜੇ ਅਸੀਂ ਕਵਰ ਕਰਨੀ ਹੈ, ਗੱਲ ਥੋੜ੍ਹੀ ਦੇਖੀ ਗਿੱਪੀ, ਆਹ ਦੇਖ ਅਸੀਂ ਅਜੇ ਇੱਥੇ ਹਾਂ, ਕਿੰਨਾ ਟਰੈਕ ਸਾਡਾ ਬਾਕੀ ਹੈ, ਆਹ ਦੇਖ ਬਾਈ ਕੀ ਚੜ੍ਹ ਕੇ ਆ ਰਿਹਾ ਇਹਨਾਂ ਦੇ, ਆਹ ਦੇਖੀ ਮਾੜਾ ਜਿਹਾ, ਆਹ ਦੇਖ ਇੱਧਰ ਕੀ ਲੈ ਕੇ ਆ ਰਿਹਾ, ਇਹੀ ਆ ਗੱਭਰੂ ਦੇਸ ਪੰਜਾਬ ਦਾ ਲੋਕੇਸ਼ਨ, ਪਹੁੰਚ ਗਏ ਜੀ ਉੱਪਰ, ਹਜੇ ਅੱਧਾ ਪਹੁੰਚੇ ਆ, ਅੱਧੇ ਰਸਤੇ ਆ ਗਏ,
ਕੀ ਵੀਊ ਹੈ ਮਾਸੀ ਤੁਹਾਡਾ? ਵੀਊ ਬਹੁਤ ਗੁੱਡ ਹੈ, ਬਹੁਤ ਵਧੀਆ ਯਾਤਰਾ ਚੱਲ ਰਹੀ ਹੈ। ਅੱਛਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ? ਬਿਲਕੁਲ ਜੀ ਬਿਲਕੁਲ, ਫੜ ਕੇ ਚਲਾ ਰਹੇ ਹੈ ਬਿਨਾਂ ਕਿਸੇ ਸਹਾਰੇ ਦੇ, ਬਿਨਾਂ ਕਿਸੇ ਸੋਟੀ ਦੇ, ਬਿਨਾਂ ਕਿਸੇ ਘੋੜੇ ਦੇ। ਬਿਨਾਂ, ਹਾਂ ਇਹ ਸਭ ਤੋਂ ਵੱਡੀ ਗੱਲ ਹੈ, ਅਸੀਂ ਚਾਰੇ ਜਾਣੇ ਬਿਨਾਂ ਸੋਟੀਆਂ ਤੋਂ ਆਏ ਹਾਂ। ਬਿਨਾਂ ਡਰਾਇਆ ਜਾ ਰਿਹਾ ਥੱਲੇ ਵੀ ਉੱਪਰੋਂ ਜੀ, ਆਕਸੀਜਨ ਘੱਟ ਜਾਂਦੀ ਹੈ, ਹਜੇ ਤੱਕ ਤਾਂ ਏਦਾਂ ਦਾ ਕੁਛ ਵੀ ਨਹੀਂ ਥਾਂ ਜ਼ਰੂਰ ਹੈ। ਜਿਹੜੀ ਵੱਡੀ ਗੱਲ ਹੈ ਨਾ ਉਹ ਇਹ ਹੈ ਕਿ ਇਹ ਸਟ੍ਰੇਟ ਚੜ੍ਹਾਈ ਆ, ਤੇ ਪਰ ਅਸੀਂ ਦੇਖਿਆ ਕਿ 70-70 ਸਾਲ ਦੀਆਂ ਬਜ਼ੁਰਗ ਬੀਬੀਆਂ ਵੀ ਚੜ੍ਹਾਈ ਚੜ੍ਹ ਰਹੀਆਂ ਨੇ। ਬਿਲਕੁਲ ਸਹੀ ਗੱਲ ਹੈ। ਤੇ ਸਾਨੂੰ ਨੌਜਵਾਨਾਂ ਨੂੰ, ਪੰਜਾਬ ਦੇ ਗੱਭਰੂਆਂ ਨੂੰ ਇਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਜੇ ਆਪਾਂ ਥੱਲੇ ਮੈਦਾਨੀ ਇਲਾਕਿਆਂ 'ਚ ਹੁੰਦੇ ਹਾਂ ਨਾ, ਬਿਲਕੁਲ ਇਕੱਲਾ ਜਿੰਮ ਦਾ ਜ਼ੋਰ ਨਾ ਮਾਰੀਏ, ਜਿਹੜੀਆਂ ਲੱਤਾਂ ਦੀ ਪ੍ਰੈਕਟਿਸ ਵੀ ਹੋਣੀ ਚਾਹੀਦੀ ਆ। ਬਿਲਕੁਲ, ਮੈਂ ਦੇਖਿਆ ਉਰੇ ਜਿੰਮ ਵਾਲੇ ਗੱਭਰੂ ਇਹਨਾਂ ਦੇ 26-26 ਇੰਚ ਦੇ ਡੌਲੇ ਨੇ, ਉਹ ਖਚਰਾਂ ਦੇ ਜਾਂਦੇ ਦੇਖਿਆ ਨੇ। 26 ਜ਼ਿਆਦਾ ਇਲੈਕਟ੍ਰੋਲ ਪਾ ਲੋ, ਕੁਛ ਵੀ ਪਾ ਲੋ, ਸਾਰੇ ਕੋਲ ਸਾਰਿਆਂ ਕੋਲ ਬੋਤਲ ਹੈ। ਘੁੱਟ ਪਰੋ ਇਸੇ ਪਾਣੀ ਨੇ ਸਾਨੂੰ ਨੀਚੋਂ ਗੋਬਿੰਦ ਘਾਟ ਤੋਂ ਇੱਥੇ ਤੱਕ ਸਫ਼ਰ ਕਰਾਇਆ, ਮਤਲਬ ਅਸੀਂ ਸੋਟੀ ਵੀ ਨਹੀਂ ਲਈ, ਖੱਚਰ ਵੀ ਨਹੀਂ ਲਿਆ, ਕੰਫਰਟ ਆਏ ਆ। ਬਿਲਕੁਲ ਸਹੀ ਗੱਲ ਹੈ। ਇੱਕ ਜਿਆਦਾ ਪਾਣੀ ਨਾ ਪੀਓ ਹਣਾ, ਸਿਪ ਸਿਪ ਕਰਕੇ ਪੀਂਦੇ ਰਹੋ, ਪਲੱਸ ਸਾਹ ਨਾ ਫੁੱਲੇ, ਪੱਜਣ ਦੀ ਕੋਸ਼ਿਸ਼ ਨਾ ਕਰੋ। ਬੋਰਡ ਲੱਗੇ ਆ, ਸਾਰੇ ਕਹਿ ਰਹੇ ਯਾਤਰਾ ਮੰਗਲ ਵੀ ਉੱਥੇ ਲਿਖਿਆ ਸਾਰੇ, ਪਰ ਰੱਜੋ ਨਾ ਪਾਣੀ, ਇਹ ਸਭ ਤੋਂ ਖਾਓ ਨਾ। ਆਬਾਦੀਆਂ ਨੇ ਜਿਹੜੀਆਂ ਰੱਜ ਕੇ ਪੇਟ ਭਰ ਕੇ ਤੁਹਾਡੀ ਥਕਾਵਟ ਉਤਾਰਦੀਆਂ ਨੇ, ਜਦੋਂ ਇਹਨਾਂ ਦਾ ਵਿਊ ਦੇਖਦੇ ਆ ਆਪਾਂ, ਹਾਂਜੀ ਬੜੀ ਥਕਾਵਟ ਉਤਰਦੀਆਂ ਨੇ ਦੇਖ ਕੇ, ਉਹ ਸਾਹਮਣੇ ਬਰਫੀਲੇ ਪਹਾੜ ਦੇਖ ਕੇ ਕਿਆ ਆਨੰਦ ਲਈ ਜਿਹੜਾ ਸੀਨ ਬਣਿਆ ਹੋਇਆ ਇੱਥੇ। ਲੋਕੇਸ਼ਨ ਬਹੁਤ ਸੋਹਣੀ ਹੈ ਬਾਈ ਜੀ, ਐਵੇਂ ਆਪਾਂ ਕਹਿ ਦਈਏ, ਸਾਰੀ ਬਰਫ਼ ਹੈ ਟੋਟਲੀ, ਬਹੁਤ ਸੋਹਣਾ ਹਿਮਾਲਿਆ ਪਰਬਤ ਹੈ। ਇਹ ਧਰਮ ਸਥਾਨ ਦੇ ਨਾਲ ਨਾਲ ਇਹ ਤੁਹਾਨੂੰ ਕਿੰਨੀਆਂ ਚੀਜ਼ਾਂ ਸਿਖਾਉਂਦਾ, ਵਿਚਰਨਾ, ਤੁਹਾਡੇ ਹੈਲਥ ਕੌਨਸ਼ੀਅਸ, ਤੁਸੀਂ ਕਿੰਨੇ ਕੁ ਹੈਲਥ ਪ੍ਰਤੀ ਹੈਗੇ, ਤੁਹਾਡੀ ਹੈਲਥ ਕਿੰਨੀ ਕਾਮਯਾਬ ਆ, ਤੁਸੀਂ ਨੀਚੇ ਕੀ ਖਾਣ ਪੀਣਾ, ਕਿੰਨੀਆਂ ਚੀਜ਼ਾਂ ਹੋਰ ਸਿਖਾਉਣਾ, ਭਾਈਚਾਰਕ ਸਾਂਝ ਵੱਧਦੀ ਆ, ਉਹ ਰਹਿੰਦੇ ਆ ਆਪਾਂ, ਹਰੇਕ ਨੂੰ ਪੁੱਛਦੇ ਹਾਂ ਤੁਸੀਂ ਕਿੱਥੋਂ ਆਏ, ਆਪਣੇ ਬਜ਼ੁਰਗ ਆਮ ਹੀ ਗੱਲ ਕਹਿੰਦੇ ਹੁੰਦੇ ਹਨਾ। ਬਿਲਕੁਲ ਬਿਲਕੁਲ, ਸਿਹਤ ਦਾ ਸਭ ਕੁਝ ਹੈ ਨਾ, ਸਿਹਤ ਦਾ ਸਭ ਕੁਝ, ਸਾਊਂਡ ਮਾਈਂਡ ਸਾਊਂਡ ਬੋਡੀ, ਇੱਥੇ ਆ ਕੇ ਉਹ ਗੱਲ ਲਾਗੂ ਹੁੰਦੀ ਹੈ ਜੀ, ਸਿਹਤ ਆ ਤਾਂ ਹੀ ਸਭ ਕੁਝ ਹੈ, ਜੇ ਤੁਸੀਂ ਫਿੱਟ ਹੋ ਤਾਂ ਇੱਥੇ ਜ਼ਿਆਦਾ। ਕੱਲ ਦੇ ਵਲੌਗ ਤੁਸੀਂ ਦੇਖਿਆ ਹੋਣਾ, 65 ਜਿਹੜੀ 65 ਸਾਲ ਦੀ ਬੇਬੇ ਸੀ ਜਿਹੜੀ ਉੱਪਰ ਚੜ੍ਹ ਰਹੀ ਸੀ, ਅਸੀਂ ਵੀ ਬਰਾਬਰ ਬਾਹਲੇ ਫਿੱਟ ਫਿਰਦੇ ਹੁੰਦੇ ਆ, ਹਾਂ ਇਹ ਅੰਦਰ ਹੀ ਦੇਖ ਤੁਹਾਨੂੰ ਚਾਨਣ ਪਾਉਂਦਾ ਖੋਲ ਕੇ, ਕਿੰਨੇ ਕੁ ਤੁਹਾਡੇ ਅੰਦਰ ਕਿੰਨੇ ਕੁ ਅੰਦਰ ਆਸ ਪ੍ਰਾਣ ਹੈਗੇ ਨੇ। ਗੋਬਿੰਦ ਘਾਟ ਤੋਂ ਲੈ ਕੇ ਹੇਮਕੁੰਟ ਸਾਹਿਬ ਦਾ ਟਰੈਕ ਲਾਈਏ, 13-6-19 ਕਿਲੋਮੀਟਰ ਹੋ ਗਿਆ, 19 ਕਿਲੋਮੀਟਰ, ਸੋ 19 × 38 ਕਿਲੋਮੀਟਰ, ਅਪਰੋਕਸੀਮੇਟ 40 ਕਿਲੋਮੀਟਰ ਤੁਸੀਂ ਕਰਦੇ ਹੋ ਨਾ ਜੀ, ਤਾਂ ਤੁਸੀਂ ਮੰਨ ਲਓ ਜੇ ਤੁਸੀਂ ਕਰ ਜਾਂਦੇ ਹੋ ਵਧੀਆ ਤਾਂ ਤੁਸੀਂ ਫਿੱਟ ਹੋ, ਫਿੱਟ ਹੋ ਯਾਰ, ਗੱਲ ਸਹੀ ਆ। ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਖੱਚਰ ਦੀ ਲੋੜ ਪੈ ਰਹੀ ਹੈ, ਤੁਹਾਨੂੰ ਸਾਹ ਚੜ੍ਹਦੇ ਦਮ, ਤਾਂ ਤੁਹਾਨੂੰ ਆਪਣੀ ਹੈਲਥ ਤੇ ਕੰਮ ਕਰਨ ਦੀ ਲੋੜ ਹੈ, ਜ਼ਰੂਰ ਕਰਨਾ ਚਾਹੀਦਾ। ਸਹੀ ਹੈ ਸਹੀ ਹੈ, ਟਰੈਕਿੰਗ ਹੋਣੀ ਚਾਹੀਦੀ। ਆਹ ਬੰਦੇ ਆਪਣੇ ਜਿਹੜੇ ਬਾਈ ਨੇ ਆਪਣੇ ਵਿਚਾਲੜੇ, ਇਹ ਟਰੈਕਿੰਗ ਬਹੁਤ ਜ਼ਿਆਦਾ ਕਰਦੇ ਨੇ, ਬਾਹਲਾ ਜ਼ਿਆਦਾ ਐਕਸਪੀਰੀਅੰਸ ਇਹਨਾਂ ਨੂੰ, ਤੇ ਪਤਾ ਨਹੀਂ ਕਿੱਥੇ ਕਿੱਥੇ ਕੀਤੀ ਹੈ। ਇੱਕ ਹੋਰ ਦੱਸਾਂ ਜਾਊਗਾ, ਬਾਕੀ ਟਰੈਕ ਹੁੰਦੇ ਨੇ ਕੱਚੇ ਟਰੈਕ ਹੁੰਦੇ ਨੇ, ਹਾਂਜੀ ਇਹ ਪੱਕਾ ਟਰੈਕ ਹੈ, ਪੱਕਾ ਟਰੈਕ ਤੇ ਕੱਚੇ ਟਰੈਕ ਚ ਬਹੁਤ ਦੁੱਗਣਾ ਫਰਕ ਹੈ। ਠੀਕ ਹੈ, ਜਿੰਨਾ ਥੋੜਾ ਫੋਰਸ ਜ਼ਿਆਦਾ ਲੱਗੂਗਾ ਟਰੈਕ ਲੱਗੇਗਾ, ਇੱਥੇ ਡਬਲ ਲੱਗੂਗਾ, ਇੱਥੇ ਡਬਲ ਲੱਗੂਗਾ, ਡਬਲ ਲੱਗੂਗਾ। ਠੀਕ ਹੈ ਠੀਕ ਹੈ, ਥੋੜੇ ਪੈਰ ਵੀ ਜ਼ਿਆਦਾ ਦਰਦ ਕਰਦੇ ਆਪਣੇ, ਇੱਕ ਸਾਹ ਦੀ ਦਿੱਕਤ ਹੁੰਦੀ ਹੈ। ਸਹੀ ਗੱਲ ਹੈ, ਸਹੀ ਗੱਲ ਹੈ। ਤਾਂ ਬਾਕੀ ਬਾਬਾ ਨਾਲ ਹੈ, ਬਾਬੇ ਸਿਰ ਤੇ ਆਈ ਜਾਂਦੇ ਜੀ, ਸਭ ਤੋਂ ਵੱਡੀ ਗੱਲ। ਬਾਕੀ ਕੱਲ ਨੂੰ ਆਪਾਂ ਗੋਬਿੰਦ ਧਾਮ
ਤੋਂ ਚੱਲ ਕੇ ਗੋਬਿੰਦ ਘਾਟ ਆਪਾਂ ਪਹੁੰਚ ਗਏ ਹਿੰਗੂਣ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਕੱਲ ਨੂੰ ਆਪਾਂ ਮਿਲਾਂਗੇ ਇੱਕ ਨਵੇਂ ਲੋਕੇਸ਼ਨ ਤੇ ਨਵੇਂ ਬਲੌਗ ਦੇ ਨਾਲ ਇਸ ਪਲੇਸ ਤੋਂ ਥੋੜਾ 3 ਕਿਲੋਮੀਟਰ ਹਟ ਕੇ ਇੱਕ ਨਵੇਂ ਬਲੌਗ ਤੇ ਮਿਲਾਂਗੇ ਉੱਥੇ ਸਾਰੀ ਇਨਫੋਰਮੇਸ਼ਨ ਤੇ ਸਾਰਾ ਬਲੌਗ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣਾ ਵਿਊ ਹੈ ਠੀਕ ਹੈ ਮਾਸਟਰ ਜੀ ਠੀਕ ਹੈ ਜੀ ਠੀਕ ਹੈ ਮਾਸਟਰ ਜੀ ਬੁੱਢਣਪੁਰ ਹਾਂਜੀ ਇਹ ਕਿੱਥੇ ਪੈਂਦਾ ਜੀ ਬਨੂੜ ਕੈਨੇਡਾ ਅੱਛਾ ਬਨੂੜ ਚੰਡੀਗੜ੍ਹ ਦੇ ਕੋਲ ਜੀ ਅੱਛਾ ਅੱਛਾ ਠੀਕ ਹੈ ਜੀ ਕਿਵੇਂ ਰਿਹਾ ਐਕਸਪੀਰੀਅੰਸ ਤੁਹਾਡਾ ਬਸ ਜੀ ਠੀਕ ਹੋ ਰਿਹਾ ਜੀ ਠੀਕ ਪਹਿਲੀ ਯਾਤਰਾ ਹੈ ਪਹਿਲਾਂ ਵੀ ਪਹਿਲੀ ਯਾਤਰਾ ਜੀ ਸਾਡੀ ਵੀ ਪਹਿਲੀ ਆਵਾਜ਼ ਹੈ ਜੀ ਚਲੋ ਚੰਗੀ ਹੈ ਜੀ ਸਾਹ ਪਾਣੀ ਪੀਂਦੇ ਰਹੋ ਜੀ ਹੋਰ ਤਾਂ ਕੋਈ ਗੱਲ ਨਹੀਂ ਫੈਮਿਲੀ ਅੱਗੇ ਗਈ ਹੋਈ ਹੈ ਬਾਕੀ ਨਾ ਜੀ ਬਸ ਤਿੰਨੋ ਹੈ ਅੱਛਾ ਤਿੰਨੇ ਜਾਣੇ ਜੀ ਬਾਕੀ ਜੀ ਚਲੋ ਠੀਕ ਹੈ ਮਾਤਾ ਜੀ ਸਹੀ ਰਸਤੇ ਨਾਲ ਆਓ ਸਾਹ ਸਿੰਘ ਜੀ ਬਾਈ ਵੀਰ ਦੀ ਬਹੁਤ ਸ਼ਾਰਟਕਟ ਲੈਂਦੇ ਸਾਰੇ ਜਾਣੇ ਕਿਉਂ ਨਾਲ ਲਿਆ ਕਰੋ ਮੇਰੇ ਵੀਰ ਠੀਕ ਹੈ ਸਹੀ ਕਹਿੰਦੇ ਇੱਕ ਮਿੰਟ ਜਲਦੀ ਪਹੁੰਚਾਂਗੇ ਇੱਕ ਮਿੰਟ ਦੀ ਤੇਰੀ ਨਾਲ ਕਾਹਨੂੰ ਆਪਾਂ ਉਹਨੂੰ ਖਾਣਾ ਕਰਨਾ ਮਿੰਟ ਦਾ ਰੈਸਟ ਲੈਣਾ ਪੈਣਾ ਬਿਲਕੁਲ ਸਹੀ ਗੱਲ ਹੈ ਦਮ ਚੜਾ ਦੇਣਾ ਉਹ ਨਾ ਕਰਿਆ ਕਰੋ ਕੇ ਜਾਓ ਬਾਈ ਓਏ ਬੰਦਾ ਆਪਣਾ ਵੀ ਹੋ ਚੁੱਕਾ ਬਿਲਕੁਲ ਜਮਾ ਅਜੀ ਮਾਤਾ ਜੀ ਉੱਪਰੋਂ ਚੜ ਕੇ ਆਏ ਹੋ ਅਸੀਂ ਇਹਨਾਂ ਦੀ ਗੱਲ ਕਰਦੇ ਸੀ ਚੜ ਕੇ ਆਏ ਹੋ ਮਾਤਾ ਜੀ ਹਾਂਜੀ ਹਾਂ ਹਾਂ ਮੈਂ ਤਾਂ ਚੜ ਕੇ ਆਈ ਆਇਆ ਹਾਂ ਮਾਤਾ ਜੀ ਅੱਜ ਵੀ ਚੜ ਕੇ ਆਇਆ ਮਾਤਾ ਜੀ ਕਿਰਪਾ ਹੈ ਕਿਰਪਾ ਮੈਂ ਤਾਂ ਕੱਲ ਰੱਖਿਆ ਸੀ ਹੁਣ ਤਾਂ ਜ਼ਿੰਦਗੀ ਕੰਮਾਂ ਚ ਕਿੰਨੀ ਕੜੀ ਸੀ ਆ ਬੈਠਾ ਦੇਣਾ ਕੋਈ ਆਪੇ ਬਾਹ ਫੜ ਕੇ ਲੈ ਜਾਂਦਾ ਹਾਂ ਮਾਰੇ ਲੈ ਸਹੀ ਹੈ ਬਿਲਕੁਲ ਬਾਬਾ ਤੇਰੇ ਲੇਖੇ ਮਾਤਾ ਜਜਵੇਂ ਨੂੰ ਸਲਾਮ ਹੈ ਇੱਕ ਗੱਲ ਹੈ ਜਜਵੇਂ ਨੂੰ ਸਲਾਮ ਹੈ ਤੁਹਾਡੇ ਐਡੀ ਦੂਰ ਚੜ ਕੇ ਆ ਗਏ ਹੁਣ ਇਹ ਤੇਰੇ ਨਾਲ ਹੀ ਜਜਵੇਂ ਕੰਮਾਂ ਚ ਕੜੀ ਸੀ ਆ ਨਾ ਵਾਹ ਵਾਹ ਤਾਈ ਵਾਹ ਬਿਲਕੁਲ ਸਹੀ ਗੱਲ ਹੈ ਕਿਰਪਾ ਮਹਾਰਾਜ ਠੀਕ ਹੈ ਮਾਤਾ ਜੀ ਮਿਲਦਾ ਸੱਤ ਤੋਂ ਉੱਤੇ ਹੋਣਗੇ ਮਾਮਾ ਪਹਿਲੀ ਯਾਤਰਾ ਬਾਈ ਪਹਿਲੀ ਯਾਤਰਾ ਹਾਂਜੀ ਇਹਨਾਂ ਦੀ ਪਹਿਲੀ ਹੈ ਮੇਰੀ ਤਾਂ ਦੂਸਰੀ ਹੈ ਅੱਛਾ ਤੁਹਾਡੀ ਦੂਸਰੀ ਹੈ ਬਾਈ ਦੀ ਪਹਿਲੀ ਹੈ ਹਾਂਜੀ ਹਾਂਜੀ ਕਿਵੇਂ ਰਿਹਾ ਯਾਤਰਾ ਵਧੀਆ ਯਾਤਰਾ ਜੀ ਨਾਨੀ ਥੋੜੇ ਜਿਹੇ ਸੀਗੇ ਮੰਨ ਲਓ ਆਪਣੇ ਸੀ ਆਪਾਂ ਨੂੰ ਵਧੀਆ ਲੱਗਿਆ ਅੱਛਾ ਅੱਛਾ ਯਾਰ ਤੁਹਾਡੇ ਨਾਨੀ ਜੀ ਹੈ ਇਹ ਆਪਣੇ ਨਾਨੀ ਜੀ ਇਹ ਥੋੜਾ ਜਿਹਾ ਘਬਰਾਹਟ ਜੀ ਮੰਨਦੇ ਸੀ ਮੈਂ ਆਇਆ ਹੋਇਆ ਪਹਿਲਾਂ ਮੈਂ ਕਿਹਾ ਨਾਨੀ ਕੋਈ ਨਹੀਂ ਆਪਾਂ ਤੁਰ ਕੇ ਚੱਲਾਂਗੇ ਡਰਨਾ ਕਾਹਦੇ ਵਾਸਤੇ ਬਾਈ ਆਪਾਂ ਨਹੀਂ ਕਿਸੇ ਵੀ ਸਵਾਈ ਤੇ ਜਾਣਾ ਆ ਹੀ ਜਾਣਾ ਮਹਾਰਾਜ ਦੇ ਦਰਸ਼ਨ ਕਰਨ ਅਸੀਂ ਬਾਈ ਨੀਚੋਂ ਲੱਗੇ ਸੀ ਅੱਛਾ ਜੀ ਬਿਨਾ ਸੋਟੀਆਂ ਤੋਂ ਬਿਨਾ ਇਸ ਤੋਂ ਬਿਨਾ ਆਈ ਆਏ ਆ ਹਾਂ ਨਹੀਂ ਬਿਨਾ ਘੋੜਿਆਂ ਤੋਂ ਮਹਾਰਾਜ ਫੇਰ ਹੀ ਮਿੱਥੇ ਕੇ ਚੱਲੇ ਸੀ ਵੀ ਆਈ ਚੱਲਾਂਗੇ ਮਹਾਰਾਜ ਲੇਖ ਹੀ ਫੇਰ ਲਾਉਂਦਾ ਜੀ ਬਾ ਬਿਲਕੁਲ ਸਹੀ ਗੱਲ ਹੋ ਗਈ ਬਿਲਕੁਲ ਯਾਤਰਾ ਮਹਾਰਾਜ ਮਾਤਾ ਜੀ ਕਿੰਨੀ ਏਜ ਹੈ ਤੁਹਾਡੀ 70 ਸਾਲ ਦੀ ਏਜ ਆ ਮਾਤਾ ਬਈ ਯਾਰ ਹਾਂ ਆ ਦੇਖ ਲਓ 70 ਸਾਲ ਆ ਹੁੰਦਾ ਬਈ ਜਾਇਓ ਯਾਰ 70 ਸਾਲ ਦੇ ਆ ਮੇਰੇ ਨਾਨੀ ਜੀ ਵਧੀਆ ਤੁਰੇ ਜਾਂਦੇ ਆ ਹੱਥ ਚੱਲ ਫੜਨੇ ਹੀ ਆ ਢਾਲ ਆ ਹਾਂ ਬਾਈ ਬਾਈ ਬਿਲਕੁਲ ਚੜਾਈ ਦਾ ਰਸਤਾ ਓਏ ਫੜ ਕੇ ਤਾਂ ਰਹਿਣਾ ਹੱਥ ਫੜਨੇ ਪਏ ਆ ਨਹੀਂ ਆਪਾਂ ਦੇਖਦੇ ਆ ਕੋਈ ਖੱਚਣਾ ਯਾਰ ਬਾਈ ਨਵੇਂ ਮੁੰਡੇ ਕੋਲੇ ਚੜੇ ਹੋਏ ਨੇ ਗੱਲ ਸਹੀ ਆ ਬਾਈ 20 25 ਸਾਲ ਦੇ ਖੱਚਣਾ ਚੜੇ ਜਾਂਦੇ 70 ਸਾਲ ਦੇ ਆ ਜਾਂਦੇ ਆ ਵਧੀਆ ਸਹੀ ਗੱਲ ਆ ਬਿਲਕੁਲ ਬਿਲਕੁਲ ਸਹੀ ਗੱਲ ਆ ਜਦੋਂ ਇੱਥੋਂ ਆ ਗਏ ਮਾਤਾ ਜੀ ਐਡੀ ਲੋਕੇਸ਼ਨ ਤੋਂ ਆ ਗਏ ਆਪਾਂ ਹਾਂ ਇੱਥੇ ਰਹੀ ਥੋੜਾ ਗਿਆ ਹੁਣ ਤਾਂ ਕਿੰਨੀ ਦੂਰ ਆ ਗਏ ਦੇਖੋ ਇੱਥੋਂ ਸਾਰਾ ਕਿੰਨਾ ਮਰ ਗਿਆ ਨਾਨੀ ਨੇ ਨਾ ਆ ਗਰੰਟੀ ਦਿੰਦਾ ਜਾਪੇ ਵੇਲੇ ਇੱਕ ਪੀਪਾ 15 ਦਿਨ ਦੇ ਖਾ ਗਈ ਉਹਨੇ ਪਈ ਸਹੀ ਗੱਲ ਹੈ ਨਾ ਵੀ ਮਾਤਾ ਪੁਰਾਣੀਆਂ ਖਰਾਕਾਂ ਨੇ ਆਪਾਂ ਐਵੇਂ ਕਹਿ ਦਈਏ ਝੂਠ ਬੋਲੀਏ ਦੇਖ ਲਾ ਕਲਾਤਾ ਜਰ ਹੁਣ ਫੜਦੇ ਪੈਣ ਹਾਂ ਨਾ 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 ਆਪਾਂ ਗਲੇਸ਼ੀਅਰ ਤੇ ਖੜੇ ਆ ਗਲੇਸ਼ੀਅਰ ਤੇ ਪਹੁੰਚ ਕੇ ਥੱਲੋਂ ਚੱਲ ਕੇ ਗਲੇਸ਼ੀਅਰ ਇਸ ਕਰਕੇ ਮੇਨ ਹੈ ਇੱਥੇ ਕਿਉਂਕਿ ਇੱਥੋਂ ਸਿਰਫ ਉੱਪਰ ਦੋ ਰਾਹ ਜਾਣਗੇ ਇੱਕ ਪੌੜੀਆਂ ਵਾਲਾ ਰਾਹ ਜਾਊਗਾ ਜਿਹੜੀ ਲਗਭਗ 900 ਦੇ ਨੇੜੇ ਜਿਹੜੀ ਪੌੜੀ ਆ ਇੱਕ ਪਲੇਨ ਰਾਹ ਜਾਊਗਾ ਤੁਸੀਂ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿਹੜਾ ਚੂਜ਼ ਕਰਨਾ ਪਰ ਕੋਸ਼ਿਸ਼ ਕਰੋ ਤੁਸੀਂ ਪਲੇਨ ਲਾ ਲਓ ਪੌੜੀ ਨਾਲ ਨਾ ਲਓ ਪਲੇਨ ਰਸਤਾ ਐ ਆ ਵੀ ਠੀਕ ਹੈ ਵੀ ਇੱਕ ਤਾਂ ਪਾਣੀ ਦਾ ਸਭ ਤੋਂ ਵੱਡੀ ਪ੍ਰੋਬਲਮ ਹੈ ਜਿਹੜੀ ਆ ਰਹੀ ਹੈ ਕਈ ਵਾਰ ਐ ਵੀ ਪੈਰ ਫਿਸਲਣ ਦੀ ਥੋੜੀ ਦਿੱਕਤ ਰਹਿੰਦੀ ਹੈ ਬਾਕੀ ਐ ਵੀ ਆਪਦਾ ਥੋੜਾ ਸੇਫਟੀ ਨਾਲ ਚੱਲੋ ਇਹੀ ਬੈਟਰ ਹੈ ਹਨਾ ਤੇ ਮੇਨ ਤੇ ਆ ਗਿਆ ਵਾ ਥੋੜਾ ਜਿਹਾ ਲੋਕ ਕਿੰਨਾ ਕਿੰਨਾ ਮੀਟਰ ਜੇ ਤੁਸੀਂ ਗਲੇਸ਼ੀਅਰ ਦਾ ਪਲੇਨ ਲਾ ਲੈਣੇ ਦਾ 2 ਕਿਲੋਮੀਟਰ ਹੈ ਦੂਜਾ ਡੇਟ ਇੱਥੋਂ ਕਿਲੋਮੀਟਰ ਦੇ ਆਸ-ਪਾਸ ਆਈ ਆਪਣਾ ਸਾਰਾ ਰਸਤਾ ਜਿਹੜਾ ਆਪਾਂ ਡਰਾਈਵਰ ਕਰਾਂਗੇ ਉਹ ਮੇਨ ਹਾਈਟ ਕਾਫੀ ਹੋ ਗਈ ਜ਼ਿਆਦਾ ਕਾਫੀ ਕਮੀ ਹੋ ਜਾਂਦੀ ਸੀ
ਬਾਈ ਹੁਣ ਥੋੜਾ ਜਿਹਾ ਢਿੱਲੇ ਪੈ ਗਏ, ਥੋੜਾ ਆਪਣੇ ਕੋਲ ਕੈਰੀ ਕੀਤਾ ਹੋਵੇ ਤਾਂ ਬੜੀ ਵਧੀਆ ਗੱਲ ਹੈ, ਇਹ ਚੀਜ਼ ਜ਼ਰੂਰੀ ਹੈ। ਫਾਈਨਲੀ ਮਿਲ ਗਿਆ। ਹਾਂਜੀ ਹਾਂਜੀ ਹਾਂਜੀ, ਪਾਣੀ ਥੋੜਾ ਬੈਟਰ ਹੈ, ਕਈ ਵਾਰ ਰਸਤੇ ਚ ਕੋਈ ਬਿਨਾਂ ਪਾਣੀ ਤੋਂ ਚੱਲੇ ਹੋਏ ਨੇ, ਬਹੁਤ ਬੰਦੇ ਕਹਿ ਕੇ ਆਏ ਆ, ਤੰਗ ਵੀ ਆ ਬਾਈ, ਐਵੇਂ ਕਹਿ ਦੀ ਆਪਾਂ ਤੇ ਪਾਣੀ ਜ਼ਰੂਰ ਲੈ ਕੇ ਚੱਲੋ, ਵਿੱਚ ਓ ਆਰ ਐਸ ਜਾਂ ਇਲੈਕਟਰੋ ਹੋਵੇ ਤੁਹਾਡੇ ਕੋਲ, ਬਾਹਲੀ ਬੈਟਰ ਹੈ, ਪਾਣੀ ਬਹੁਤ ਉਹ ਹੈ ਬਾਈ, ਬੂਟ ਨਾ ਗਿੱਲੇ ਹੋਣ ਦਿਓ, ਪਾਣੀ ਪੈਂਦਾ ਬਹੁਤ ਠੰਡਾ ਪਾਣੀ ਹੈ, ਸਾਰੀ ਬਰਫ਼ ਵੀ ਛਿੱਲੀ ਹੈ, ਸਾਰੀ ਬਰਫ਼, ਸਾਰੀ ਟੋਟਲੀ ਬਰਫ਼। ਇਹੀ ਟਰੈਕ ਹੈ, ਪੂਰਾ ਗਲੇਸ਼ੀਅਰ ਜਮਾ ਹੋ ਬਈ, ਕਿੰਨੇ ਫੁੱਟ ਆ ਜੇ ਲਓ ਤੁਸੀਂ, ਮੇਰੇ ਖਿਆਲ 'ਚ 4 ਫੁੱਟ, 4.5 ਫੁੱਟ ਦੇ ਆਸ ਪਾਸ ਦੇ ਨਾਲੇ ਬਰਫ਼ ਹੈ ਜੋ ਜੰਮੀ ਪਈ ਆ ਪੂਰੀ। ਕਿੱਥੇ ਤੱਕ ਦਾ ਬਰਫ਼ ਦਾ ਨਜ਼ਾਰਾ, ਪੂਰਾ ਅਲੌਕਿਕ ਦ੍ਰਿਸ਼ ਹੈ। ਕਿੱਥੇ ਆਹ ਸਾਰੀ ਜਿਹੜੀ ਤੁਹਾਨੂੰ ਕਹੀ ਸੀ ਪਹਿਲਾਂ, ਨਾਲ ਦੀ ਨਾਲ ਸਾਰੀ ਬਰਫ਼ ਥੱਲੇ ਹੈ, ਸਾਰੀ ਟਰੈਕਿੰਗ ਹਜੇ ਤੱਕ ਬਹੁਤ ਵਧੀਆ ਅਤੇ ਬਹੁਤ ਸੰਪੂਰਨ ਤਰੀਕੇ ਰਹੀ ਹੈ, ਐਵੇਂ ਕਹੀਏ ਰਸਤੇ 'ਚ ਕੋਈ ਪ੍ਰੋਬਲਮ ਵੀ ਨਹੀਂ ਆਈ, ਅਤੇ ਸੁੱਖ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਹਜੇ ਤੱਕ ਇੱਥੇ ਤੱਕ ਪਹੁੰਚ ਗਏ। ਬਸ ਮੇਨ ਇਹੀ ਹੈ ਜੋ ਰਸਤਾ ਹੈ ਥੋੜ੍ਹਾ ਜਿਹਾ ਖਤਰਨਾਕ, ਇਹ ਮੇਰਾ ਬਸ ਧਿਆਨ ਨਾਲ ਚੱਲਿਓ, ਉਸ ਤਾਂ ਕੋਈ ਗੱਲ ਹੈ ਨਹੀਂ ਗੀ, ਧਿਆਨ ਨਾਲ ਚੱਲੋਗੇ ਤਾਂ ਬਾਹਲੀ ਬੈਟਰ ਗੱਲ ਹੈ ਨਾ, ਮੈਂ ਇਹੀ ਦੇਖ ਕੇ ਆਉਂਦਾ ਰਸਤਾ ਕਿਵੇਂ ਆ, ਸਾਹ ਸੰਗਤ ਕਿਵੇਂ ਆਈ ਹੈ, ਬਹੁਤ ਹੀ ਓਲਡ ਏਜ ਬੜੀਆਂ ਮਤਲਬ ਲੇਡੀਜ਼ ਸੰਗਤ ਹੈ ਜੋ 60 ਤੋਂ 70 ਸਾਲ ਦੀ ਇਹਦੇ ਵਿੱਚ ਹੁਣ ਵੀ ਟਰੈਕ ਕਰ ਰਹੇ, ਕਹਿੰਦੇ ਅਸੀਂ ਹੇਮਕੁੰਡ ਸਾਹਿਬ ਉੱਪਰ ਜਾਣਾ ਗੁਰਦੁਆਰਾ ਸਾਹਿਬ, ਅਤੇ ਉਹੀ ਪਹੁੰਚ ਰਹੇ ਨੇ, ਬੱਚੇ ਵੀ ਆ ਨਾਲ ਜੀ ਦੇ। ਹੋਰ ਬੇਟਾ ਕਿੱਥੋਂ ਆਏ ਹੋ? ਮੋਹਾਲੀ ਤੋਂ। ਮੋਹਾਲੀ ਤੋਂ ਪੀ ਵੀ 65 ਛੋਟੇ ਛੋਟੇ ਬੱਚੇ, ਇਹ ਉੱਪਰੋਂ ਤੁਰ ਕੇ ਆਇਆ ਜੀ ਬੇਟਾ? ਹਾਂਜੀ ਹਾਂਜੀ, ਉੱਪਰੋਂ ਤੁਰ ਕੇ ਆਇਆ ਜੀ, ਕਿਆ ਬਾਤ ਹੈ ਜੀ। ਚੜਾਈ ਇੱਥੋਂ ਜਾ ਰਹੀ ਹੈ ਜੀ, ਹਜੇ ਵੀ ਐਂ ਲਾ ਲਓ 3 ਤੋਂ 4 ਕਿਲੋਮੀਟਰ ਦੂਰ ਹੈ ਜੀ, ਉਹ ਹੈ ਸਾਰੀ ਚੜਾਈ ਜਿਹੜਾ ਟਰੈਕ ਜਾ ਰਿਹਾ ਜੀ, ਬਹੁਤ ਦੂਰ ਹੈ ਜੀ, ਹਜੇ ਵੀ ਅਸੀਂ ਬਹੁਤ ਥੋੜ੍ਹੇ ਗੱਲ ਹੈ, ਤਾਂ ਬਿਲਕੁਲ ਅਸੀਂ ਗਲੇਸ਼ੀਅਰ ਦੇ ਉੱਤੇ ਹਾਂ, ਇੱਥੇ ਖੜ੍ਹੇ ਜੀ ਲੋਕੇਸ਼ਨ, ਪੂਰੇ ਬੰਦੇ ਸਾਥ ਦਿੰਦੇ ਆ ਬਾਈ, ਸਾਰਾ ਬਲਫੀਲਾ ਰਸਤਾ ਜਿਹੜਾ ਬਰਫ਼ 'ਚ ਉੱਤਰ ਰਿਹਾ, ਕਿਆ ਬਾਤ ਰਸਤਾ ਬਾਈ, ਬਰਫੀਲਾ ਰਸਤਾ ਸਾਰਾ, ਆਪ ਯਹਾਂ ਪਰ ਰਸਤਾ ਬਣਾਤੇ ਹੋ ਸਰ? ਰਸਤਾ ਤੋਂ ਲੇਬਰ ਬਣਾਤੀ ਹੈ। ਅੱਛਾ ਜੀ, ਅੱਛਾ ਜੀ, ਠੀਕ ਹੈ, ਸੇਵਾ ਮੈਂ ਕੇ ਲਈ SRDF, ਚਲੋ ਜੀ ਚਲੋ 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 ਚੱਲਦੇ ਰਹੋ ਜੀ, ਫਿਸਲਣਾ ਬਾਈ ਬਰਫ਼ ਤੇ ਫਿਸਲਣਾ ਪੂਰੀ ਆਰਾਮ ਨਾਲ ਬਾਈ, ਪੂਰਾ ਪੈਰ ਚਲਾ ਕੇ ਚੱਲਣਾ, ਆਰਾਮ ਨਾਲ ਬਾਈ, ਆਰਾਮ ਨਾਲ ਫਿਸਲਣਾ ਜੀ ਪੂਰੀ, ਪੈਰ ਇੱਥੇ ਥੋੜਾ ਜਮਾ ਕੇ ਚੱਲਣਾ ਪੈਣਾ ਬਾਈ, ਥੋੜਾ ਪੈਰ ਜਮਾ ਕੇ, ਹੋਏ ਹੋ ਹੋ, ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਪੈਰ ਜਮਾ ਕੇ ਪੂਰਾ, ਪਹਿਲਾਂ ਹੀ ਫਿਸਲਦਾ ਪਿੱਛੋਂ ਪੈਰ, ਪੈਰ ਬਹੁਤ ਫਿਸਲਦਾ ਬਾਈ,
ਸਾਰੀ ਚੜ੍ਹਾਈ ਕਰਕੇ ਜੀ ਆਹ ਪੁਲ ਤੇ ਪਹੁੰਚੇ ਆ। ਇੱਥੋਂ ਦੋ ਰਸਤੇ ਪਾੜਦੇ ਨੇ, ਇੱਥੋਂ ਆਹ ਦੋ ਰਸਤੇ ਪਾੜਦੇ ਨੇ ਆਹ ਝਰਨੇ ਦੇ ਨਾਲ। ਆਹ ਤਾਂ ਜਿਹੜਾ ਰਸਤਾ ਹੈਗਾ ਬਾਈ ਸਟੇਅਰ ਜਾ ਰਿਹਾ, ਇਹ ਜਿਹੜਾ ਆਹ ਰਸਤਾ ਹੈਗਾ ਬਾਈ ਪਲੇਨ ਰਸਤਾ, ਪਰ ਉੱਧਰੋਂ ਚੜ੍ਹਾਈ ਜ਼ਿਆਦਾ। 1175 ਪੌੜੀ ਕਹਿ ਰਹੇ ਨੇ ਪੂਰੀ ਜਿਹੜੀ ਹੈਗੀ ਆ। ਹਾਂਜੀ ਉਹ ਲਿਖਿਆ ਵੀ ਹੋਇਆ। ਹੁਣ ਪ੍ਰੋਪਰ ਦਿਖ ਨਹੀਂ ਰਿਹਾ ਕਿਤੇ ਕੋਈ ਜਾਂਦੇ ਆਉਂਦੇ, ਉਹ ਰਸਤਾ ਬਾਈ ਸ਼ਾਇਦ ਮਾੜਾ ਜਿਹਾ ਦਿਖਿਆ ਜਿਹੜਾ ਜਾਂਦਾ। ਆਹ ਰਸਤਾ ਦੇਖੋ ਬਾਈ ਸਾਰਾ ਬਣਿਆ, ਉਹ ਜਾ ਰਿਹਾ ਬਾਈ ਦੇਖੋ, ਪਹਾੜੀ ਦਾ ਦ੍ਰਿਸ਼ ਜਿਹੜੀ ਸਾਨੂੰ ਸਵੇਰੇ ਨੀਚੋਂ ਦਿਖਾਈ ਸੀ ਨਾ ਮਾਰਨਿੰਗ ਤੋਂ, ਤੇ ਇਹਦੇ ਬਰਾਬਰ ਹਾਈਐਸਟ ਪੀਕ ਲੱਗ ਗਿਆ ਪੂਰਾ ਇਹ ਵਾਲਾ। ਅਰੇ ਗੱਲ ਹੋ ਨਹੀਂ ਪਾਣੀ, ਉਹ ਸਟੀਅਰ ਰਸਤਾ ਜਾ ਰਿਹਾ ਬਾਈ, ਨਿਸ਼ਾਨ ਸਾਹਿਬ ਦਿਖ ਰਿਹਾ ਨਾ ਉਹ ਵਾਲਾ ਰਸਤਾ, ਉਹ ਬਾਈ ਸਾਰਾ ਸਟੀਅਰ ਜਾ ਰਿਹਾ ਤੇ ਅਸੀਂ ਲਿਆ ਪਲੇਨ ਰਸਤਾ। ਚੜ੍ਹਾਈ ਥੋੜ੍ਹੀ ਜਿਹੀ ਜ਼ਿਆਦਾ ਜ਼ਰੂਰ ਹੈ, ਲੇਕਿਨ ਚੜ੍ਹਾਈ ਥੋੜ੍ਹੀ ਜ਼ਿਆਦਾ ਜ਼ਰੂਰ ਹੈ ਅਤੇ ਲੇਕਿਨ ਵੀ ਜਿਹੜੀ ਪਲੇਨ ਰਸਤੇ ਵਾਲੀ ਆ ਥੋੜ੍ਹੀ ਜ਼ਿਆਦਾ ਬੈਟਰ ਹੈ, ਕਿਉਂਕਿ ਕੁਛ ਪੱਟ ਨਹੀਂ ਫੁੱਲਦੇ ਅਤੇ ਆਪਣੇ ਜਾਣ ਵਾਲੇ ਬਾਈ ਸਟੇਅਰ ਜਿਵੇਂ ਨਹੀਂ ਚੜ੍ਹਾਇਆ ਜਾਂਦਾ ਹੈਗਾ ਲੇਡੀਜ਼ ਤੋਂ, ਉਹਨਾਂ 'ਚ ਉਹਨਾਂ ਦੇ ਪੱਟ ਫੁੱਲ ਰਹੇ ਆ। ਅਤੇ ਨਵਾਂ ਹੈਲੀਪੈਡ ਬਣ ਚੁੱਕਿਆ ਇੱਥੇ, ਨਵਾਂ ਹੈਲੀਪੈਡ ਬਣ ਗਿਆ ਵਾਲਾ ਰਸਤਾ, ਉਹ ਜਿਹੜਾ ਪੁਰਾਣਾ ਆਹ ਪੁੱਲ ਦੇ ਰਸਤੇ ਤੋਂ ਲੈ ਕੇ ਬਾਈ ਜੀ ਇੱਥੋਂ ਲੈ ਕੇ ਆਹ ਰਸਤੇ 'ਤੇ ਆਹ ਹੈਲੀਪੈਡ ਤਿਆਰ ਹੋ ਗਿਆ। ਇੱਥੇ ਇਹ ਹੈਲੀਪੈਡ ਤਿਆਰ ਹੋ ਗਿਆ ਜਿਹੜਾ ਕਿ ਇੱਥੋਂ ਆਹ ਹੇਮਕੁੰਡ ਸਾਹਿਬ ਦੇ ਜਿਹੜੇ ਨਿਸ਼ਾਨ ਸਾਹਿਬ ਦੇਖ ਰਹੇ ਨੇ, ਅਤੇ ਅਸੀਂ ਲਿਆ ਹੋਇਆ ਪਲੇਨ ਰਸਤਾ, ਅਸੀਂ ਜਾ ਰਹੇ ਹਾਂ ਬਾਈ ਪਲੇਨ ਰਸਤੇ ਚੜ੍ਹਾਈ ਕਰ ਰਹੇ। ਅਤੇ ਹਜੇ ਵੀ ਬਹੁਤ ਪਿਆ, ਬਰਫ਼ ਆ ਸਾਰੀ ਜੰਮੀ ਹੋਈ ਆ ਟੋਟਲੀ, ਤੁਸੀਂ ਦੇਖ ਹੀ ਲਈ ਹੈ। ਸਾਰੀ ਫੁੱਲ ਟਰੈਕਿੰਗ ਕਰਨ ਤੋਂ ਬਾਅਦ ਆ ਸਾਰੀ ਲੋਕੇਸ਼ਨ ਜਿੱਥੋਂ ਟਰੈਕਿੰਗ ਮੁੱਕੇ ਹੋਈ ਹੈ, ਇਹ ਸੀ ਆ ਨਿਤਾਮ ਜਿਹੜਾ ਪਹੁੰਚ ਗਿਆ ਬਾਈ, ਬਹੁਤ ਲੱਗਿਆ ਹੁਣ ਤਾਂ, ਥੋੜ੍ਹਾ ਰਸਤਾ ਬਚਾ, ਬਹੁਤ ਜ਼ਿਆਦਾ ਨਹੀਂ, ਹਾਫ ਐਂਡ ਆਠ ਕਿਲੋਮੀਟਰ। ਉਹ ਬਾਈ ਬਾਈ ਆਰਾਮ ਨਾਲ ਫਿਸਲਦੇ ਹੋ, ਕੋਈ ਗੱਲ ਨਹੀਂ, ਪਾਣੀ 'ਚੋਂ ਧਿਆਨ ਨਾਲ। ਧਿਆਨ ਨਾਲ ਚੱਲੋ ਜੀ ਸਾਧ ਸੰਗਤ। ਪਵਿੱਤਰ ਸਰੋਵਰ ਧਾਮ ਸ਼੍ਰੀ ਹੇਮਕੁੰਡ ਸਾਹਿਬ ਜੀ। ਉਹ ਬੰਦਾ ਡੀਕ ਕਰੀ ਜਾਂਦਾ ਨਾ ਪੈਸੇ ਨਾ, ਇਹੋ ਠੰਡਾ ਪਾਣੀ ਹੈ, ਬਹੁਤ ਠੰਡਾ ਪਾਣੀ ਹੈ। ਤੁਸੀਂ ਪਿੱਛੇ ਦੇਖ ਰਹੇ ਹੋ ਹੇਮਕੁੰਡ ਸਾਹਿਬ ਸੱਚਖੰਡ ਸ੍ਰੀ ਹੇਮਕੁੰਡ ਸਾਹਿਬ ਗੁਰਦੁਆਰਾ ਸਾਹਿਬ, ਅਤੇ ਤੁਸੀਂ ਪਹੁੰਚ ਗਏ ਅਤੇ ਬਹੁਤ ਆਨੰਦ ਮੰਗਲ ਹੋਇਆ, ਸੌਣ ਲੱਗੇ ਬਿਲਕੁਲ ਟਾਈਮ 'ਤੇ ਦਰਸ਼ਨ ਹੋਏ ਨੇ, ਬਸ ਅਸੀਂ ਥੋੜ੍ਹਾ ਲੇਟ ਹੋ ਗਏ ਕਿਉਂਕਿ ਸਾਡੇ ਨਾਲ ਇੱਕ ਬੰਦਾ ਥੋੜ੍ਹਾ ਬਿਮਾਰ ਹੋ ਗਿਆ। ਹਾਂਜੀ ਹਾਂਜੀ, ਉਸ ਕਰਕੇ ਥੋੜ੍ਹੀ ਪ੍ਰੋਬਲਮ ਹੋਈ, ਬਾਕੀ ਦਰਸ਼ਨ ਬਹੁਤ ਵਧੀਆ ਹੋਏ। ਤੁਹਾਨੂੰ ਕਿਵੇਂ ਲੱਗਿਆ ਮਾਸਟਰ ਜੀ? ਬਹੁਤ ਵਧੀਆ ਜੀ।
ਕਿਰਪਾ ਮਾਲਕ ਦੀ ਆਪਣੀ ਬਾਂਹ ਫੜ ਕੇ ਲਿਆਇਆ। ਜਿਸ ਹਿਸਾਬ ਦੇ ਰਸਤੇ 'ਚ ਲੋਕਾਂ ਦੇ ਹਾਲਾਤ ਦੇਖਦੇ ਸੀ ਜਾਂ ਖੁਦ ਨੂੰ ਇਹ ਲੱਗ ਰਿਹਾ ਸੀਗਾ ਪਤਾ ਨਹੀਂ ਕਿਵੇਂ ਸਰ ਹੋਊਗੀ ਚੜ੍ਹਾਈ, ਪਰ ਉਹ ਮਾਲਕ ਨੇ ਕਿਰਪਾ ਕੀਤੀ ਹੈ, ਪਹੁੰਚੇ ਹਾਂ, ਦਰਸ਼ਨ ਦਿੱਤੇ ਆ, ਜਮ੍ਹਾਂ ਇਹ ਗੱਲ ਮੌਕੇ 'ਤੇ ਪਹੁੰਚੇ ਹਾਂ ਕਿ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਆ ਜਾਵੇ। ਜਿਵੇਂ ਅਸੀਂ ਲੇਟ ਚੱਲੇ ਹਾਂ, 7:30 ਚੱਲੇ ਹਾਂ, ਤਾਂ ਪੰਜ ਵਜੇ ਚੱਲੋ, 2:30 ਵਜੇ ਕਬਾੜ ਸਹੀ ਬੰਦ ਹੋਣੇ ਸ਼ੁਰੂ ਹੋ ਜਾਂਦੇ ਆ, ਦਰਬਾਰ ਜਿਹੜਾ 2:15 ਵਜੇ ਸਮਾਪਤੀ ਹੋ ਜਾਂਦੀ ਹੈ। ਬਹੁਤ ਠੰਡਾ ਪਾਣੀ ਹੈ, ਜੇ ਤੁਸੀਂ ਇਹਦੇ ਚ ਇਸ਼ਨਾਨ ਕਰੋਗੇ ਨਾ, ਕਸਮ ਖਾ ਕੇ ਕਹਿੰਦੇ ਆ, ਮਤਲਬ ਕਿ ਤੁਹਾਡੀ ਸਾਰੀ ਥਕਾਨ ਹੀ ਜ਼ੀਰੋ ਹੋ ਜੂਗੀ। ਤੁਸੀਂ ਐਂ ਲੱਗੋਗੇ ਜਿਵੇਂ ਸਵੇਰੇ ਉੱਠ ਕੇ ਨੀ ਆਪਾਂ ਫਰੈਸ਼ ਹੁੰਦੇ, ਉਵੇਂ ਫਰੈਸ਼, ਇੰਨਾ ਪਰਮਾਤਮਾ ਨੇ ਇਸ ਦੇ ਵਿੱਚ ਗੁਣ ਪਾਏ ਹੋਏ ਨੇ। ਬਾਕੀ ਪਹਾੜਾਂ ਦੀ ਜਿਹੜਾ ਪਾਣੀ ਹੈ, ਦੇਖੋ ਇਹ ਨੈਚੁਰਲ ਲੇਕ ਹੈ ਬਣੀ ਪਹਾੜਾਂ ਦੀ, ਇਹ ਐ ਨਹੀਂ ਹੈ ਵੀ ਇਹ ਥੱਲੇ ਵੈਲੀ ਹੈ, ਪਹਾੜਾਂ ਦੀਆਂ ਚੋਟੀਆਂ ਦੇ ਵਿਚਾਲੇ ਬਣੀ ਹੋਈ ਹੈ, 7 ਚੋਟੀਆਂ ਦੇ ਵਿੱਚ ਨਾ ਪੱਥਰ ਪਏ, ਆਰਾਮ ਨਾਲ ਦੇਖ ਸਕਦੇ ਹੋ ਕਿੰਨਾ ਨੀਟ ਐਂਡ ਕਲੀਨ ਵਾਟਰ ਹੈ ਇਹ, ਬਿਲਕੁਲ ਜਿਹਨੂੰ ਅਸੀਂ ਚਸ਼ਮਾ ਕਹਿੰਦੇ ਹਾਂ, ਬਹੁਤ ਸਾਫ਼ ਪਾਣੀ, ਬਹੁਤ ਸਾਫ਼ ਪਾਣੀ ਹੈ, ਇੰਨੇ ਜ਼ਿਆਦੇ ਪਹਾੜ ਦੂਰ ਤੱਕ ਦਿਖਦੇ ਨੇ। ਜੋ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ, ਜਿਸ ਦੇ ਤਹਿਤ ਇਸ ਸੱਚਖੰਡ ਸ਼੍ਰੀ ਹੇਮਕੁੰਟ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਭਾਲ ਹੋਈ ਹੈ 1938 ਦੇ ਵਿੱਚ, ਉਹ ਹੁਕਮ ਹੀ ਗੁਰੂ ਸਾਹਿਬ ਦਾ ਹੁਕਮ ਹੈ, ਆਪਣਾ ਆਪਣਾ ਫਰਮਾਇਆ ਹੋਇਆ ਫਰਮਾਨ ਹੈ, ਜਿਹਦੇ ਵਿੱਚ ਉਹਨਾਂ ਨੇ ਆਪਣੇ ਪਿਛਲੇ ਜਨਮ ਦੀ ਵਿਖਿਆਨ ਕੀਤਾ ਕਿ 200 ਸਾਲ ਉਹਨਾਂ ਨੇ ਇੱਥੇ ਬੈਠ ਕੇ ਜਿਹੜੀ ਤਪੱਸਿਆ ਕੀਤੀ ਹੈ। ਉਸਦਾ ਇਹੀ ਹੈ ਕਿ ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ, ਤਾਂ ਇਹ 7 ਚੋਟੀਆਂ ਨੇ ਪੂਰੀਆਂ, ਔਰ ਸੱਤਾਂ ਦੇ ਉੱਪਰ ਨਿਸ਼ਾਨ ਸਾਹਿਬ ਲੱਗੇ ਨੇ। ਮੰਨਿਆ ਜਾਂਦਾ ਹੈ ਵਿਭਾਗਾਂ ਵਾਲੇ ਨੂੰ 7 ਦੇ 7 ਨਿਸ਼ਾਨ ਸਾਹਿਬ ਦੇ ਦਰਸ਼ਨ ਹੁੰਦੇ ਆ, ਅਸੀਂ ਇਹ 7 ਦੇ 7 ਨਿਸ਼ਾਨ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਾਂ। 7 ਚੋਟੀਆਂ ਦੇ ਉੱਪਰ ਜਿਹੜੇ ਆ ਨਿਸ਼ਾਨ ਸਾਹਿਬ ਲੱਗਿਆ, ਪਹਿਲਾ ਨਿਸ਼ਾਨ ਸਾਹਿਬ ਉੱਥੇ ਹੈ, ਦੂਸਰਾ ਉਸ ਚੋਟੀ 'ਤੇ ਹੈ, ਤੀਸਰਾ ਉਹਦੇ ਉੱਪਰ ਹੈ, ਚੌਥਾ ਉੱਥੇ ਰਹਿ ਗਿਆ, ਪੰਜਵਾਂ ਉਹ ਰਹਿ ਗਿਆ, ਛੇਵਾਂ ਉੱਧਰ ਔਰ ਸੱਤਵਾਂ ਉੱਧਰ ਆਈ। 7 ਚੋਟੀਆਂ ਦੇ ਉੱਪਰ ਜਿਹੜੇ ਨਿਸ਼ਾਨ ਸਾਹਿਬ ਪੂਰੇ ਦਰਸ਼ਨ ਹੁੰਦੇ ਨੇ, ਸ਼ਰਧਾ ਨਾਲ ਆਉਂਗੇ ਜੇ ਮੌਸਮ ਸਾਫ਼ ਹੋਵੇ ਥੋੜ੍ਹਾ। ਬਿਲਕੁਲ ਸਹੀ ਗੱਲ ਹੈ ਜੀ, ਇੱਥੋਂ ਦਾ ਇਹੀ ਸੀਗਾ ਜੋ ਦ੍ਰਿਸ਼ ਸੀਗਾ ਅਸੀਂ ਦੇਖਿਆ, ਅਤੇ ਧਰਤੀ ਸਵਰਗ 'ਚ ਪਹੁੰਚਿਆ, ਸਹੀ ਗੱਲ ਆ ਬਾਈ ਜੀ। 2 ਵਜੇ ਤੋਂ ਬਾਅਦ ਨਾ ਕਬਾੜ ਸਾਹਿਬ ਬੰਦ ਹੋਣ ਤੋਂ ਬਾਅਦ, 10 ਮਿੰਟ ਤੋਂ ਬਾਅਦ ਇੱਥੇ ਥੋੜ੍ਹਾ ਇੱਕਦਮ ਮੌਸਮ 'ਚ ਵੀ ਫਰਕ ਪੈਂਦਾ, ਅਤੇ ਨਾਲ ਦੀ ਨਾਲ ਅਨਾਊਂਸਮੈਂਟ ਹੁੰਦੀ ਹੈ, ਭੇਜਣਾ ਸ਼ੁਰੂ ਕਰ ਦਿੰਦੇ ਨੇ ਕਿ ਤੁਸੀਂ ਥੱਲੇ ਚਾਲੇ ਪਾਓ ਜੀ, ਅਤੇ ਬਸ ਸੰਗਤ ਬਹੁਤ ਇਹੀ ਹੈ ਵੀ ਤੁਸੀਂ 5 ਵਜੇ ਚੱਲੋ ਗੋਬਿੰਦ ਧਾਮ ਤੋਂ, ਕਿਉਂਕਿ ਫਿਰ ਤੁਸੀਂ ਖੁੱਲ੍ਹੇ ਦਰਸ਼ਨ ਕਰੋਗੇ, ਨਹੀਂ ਫਿਰ ਤੁਸੀਂ ਜੇ ਉਰੇ 2 ਵਜੇ ਪਹੁੰਚਦੇ ਹੋ ਫਿਰ ਤੁਹਾਡਾ ਮੁਸ਼ਕਲ ਹੈ, ਕਿਉਂਕਿ ਤੁਹਾਨੂੰ ਮਾਸਾਂ 20 ਮਿੰਟ ਹੋਰ ਕਰਨ ਦੇਣਗੇ। ਬਾਕੀ ਇਹੀ ਸੀ ਜੀ ਆਪਣਾ ਇੱਥੋਂ ਦਾ ਦ੍ਰਿਸ਼, ਹੁਣ ਬਸ ਇੱਥੋਂ ਆਪਣੀ ਸਮਾਪਤੀ ਹੁੰਦੀ ਹੈ, ਇੱਥੇ ਆਪਾਂ ਵਲੌਗ ਐਂਡ ਕਰਾਂਗੇ, ਨੈਕਸਟ ਮਿਲਾਂਗੇ ਹੁਣ ਤੁਹਾਨੂੰ ਨਵੇਂ ਵਲੌਗ ਦੇ ਨਾਲ। ਪਹਿਲੀ ਵਾਰ ਦਾ ਸੀਗਾ ਮੇਰਾ ਇਹ ਟ੍ਰਿਪ, ਮੈਂ ਵੀ ਕਹਾਂ ਮੈਂ ਹਰ ਵਾਰ ਆਇਆ, ਮੇਰੀ ਪਹਿਲੀ ਯਾਤਰਾ ਸੀ, ਅਗਲੀ ਵਾਰ ਵੀ ਆਵਾਂਗੇ, ਜ਼ਰੂਰ ਬਣਾਵਾਂਗੇ ਅਸੀਂ। ਅਤੇ ਬਾਕੀ ਪਾਣੀ ਬਹੁਤ ਹੀ ਜ਼ਿਆਦਾ ਚਿਲਦਾ, ਠੰਡਾ ਪਾਣੀ ਹੈ, ਸਿਰਫ ਕੁਦਰਤੀ ਪਾਣੀ ਹੈ। ਅਤੇ ਬਾਕੀ ਮਿਲਦੇ ਹਾਂ ਜੀ ਹੁਣ ਤੁਹਾਨੂੰ ਆਪਾਂ ਕੱਲ੍ਹ ਨੂੰ ਨਵੇਂ ਵਲੌਗ ਦੇ ਨਾਲ, ਸਾਡਾ ਇੱਕ ਬੰਦਾ ਵੀ ਢਿੱਲਾ ਹੋ ਗਿਆ, ਫਿਰ ਮਿਲਾਂਗੇ ਜੀ ਤੁਹਾਨੂੰ, ਹੁਣ ਦਰਸ਼ਨ ਕਰ ਲਓ ਜੀ ਲਾਸਟ ਵਾਰ ਜਾਂਦੇ ਹੋਏ। ਅਤੇ ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ, ਠੀਕ ਹੈ ਮਾਸਟਰ ਜੀ, ਠੀਕ ਹੈ ਜੀ, ਠੀਕ ਹੈ ਠੀਕ ਹੈ, ਵਾਹਿਗੁਰੂ ਜੀ ਕੀ ਫਤਿਹ, ਓਕੇ ਜੀ।